ਅੱਜ ਬਹੁਤ ਵੱਡੀ ਜਿੱਤ ਆ ਜਿਹੜੀ ਸਾਡੇ ਇੱਕ ਕਾਂਗਰਸ ਪਾਰਟੀ ਦੇ ਲੀਡਰ ਦੀ ਹੁੰਦੀ ਵਰਕਰ ਦੀ ਹੋਈ ਆ, ਕਾਂਗਰਸ ਪਾਰਟੀ ਦੇ ਤਕਦੀਰੇ ਬੈਕਬੋਨ ਦੇ ਮੌਕੇ ਵੀ ਹੋਈ ਆ। ਮੈਂ ਕਹੂੰਗਾ ਕਿ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਇਸ ਤਰ੍ਹਾਂ ਦੇ ਬੰਦੇ ਨੂੰ ਟਿਕਟ ਦਊਗੀ ਤਾਂ ਸੁਪਰੀਮ ਪਾਵਰ ਦੇ ਵਿੱਚ ਆਉਣ ਲਈ, ਸੱਤਾ ਦੇ ਵਿੱਚ ਆਉਣ ਲਈ ਕੋਈ ਬੜਾ ਸਮਾਂ ਨਹੀਂ ਲੱਗੂਗਾ। ਸੋ ਮੇਰੇ ਕਹਿਣ ਦਾ ਮਤਲਬ ਇਹੀ ਆ ਕਿ ਭਰਾਵੋ, ਅੱਜ ਵਰਕਰ 25 ਸਾਲਾਂ ਬਾਅਦ ਮਿਹਨਤ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਦਾ ਕਦੀ ਚਿੰਤਾ ਜ਼ਰੂਰ ਕੀਤੇ ਨੇ ਕਿ ਚਲੋ ਵੱਡੇ ਪੱਧਰ 'ਤੇ ਸੀਰਾ ਢਿੱਲੋਂ ਉਹਨਾਂ ਦੇ ਭਰਾ ਨੂੰ ਸਲੂਟ ਕਰਦਾ, ਜੋ ਪਿਛਲੇ ਦਿਨਾਂ 'ਚ ਸਾਹਮਣੇ ਵਰਤੋਂ ਵੀ ਸੀ, ਅਤੇ ਮੈਂ ਸਲੂਟ ਕਰਦਾ ਕਦੀ ਸਿੰਘ ਕਾਲਾ ਢਿੱਲੋਂ ਨੂੰ ਜਿਨ੍ਹਾਂ ਨੇ ਮਿਹਨਤ ਬਰਕਰਾਰ ਰੱਖੀ। ਮੈਂ ਧੰਨਵਾਦ ਕਰਦਾ ਸ਼੍ਰੀ ਵਿਜੇਂਦਰ ਸਿੰਗਲਾ ਜੀ, ਸਾਬਕਾ ਕੈਬਨਿਟ ਮਿਨਿਸਟਰ। ਮੈਂ ਧੰਨਵਾਦ ਕਰਦਾ ਚਰਨਜੀਤ ਸਿੰਘ ਚੰਨੀ ਸਾਬਕਾ ਮਿਨਿਸਟਰ ਸਾਹਿਬ ਦਾ, ਮੁੱਖ ਮੰਤਰੀ ਪੰਜਾਬ। ਮੈਂ ਪੂਰਨ ਤੌਰ 'ਤੇ ਅਸੀਂ ਵਿਸ਼ਵਾਸ ਕਰਵਾਉਂਦੇ ਬਰਨਾਲਾ ਵਾਸੀਆਂ ਨੂੰ ਕਿ ਇਸ ਵਰਕਰ ਨੂੰ ਟਿਕਟ ਮਿਲੀ ਆ, ਤੁਹਾਡੇ ਆਪਣੇ ਨੂੰ ਟਿਕਟ ਮਿਲੀ ਆ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੁਲਦੀਪ ਸਿੰਘ ਕਾਲਾ ਢਿੱਲੋਂ ਤੁਹਾਡੇ ਹਰ ਇੰਗਲ ਤੋਂ, ਤੁਹਾਡੇ ਮੋਢਿਆਂ ਮੋਢਿਆਂ ਨਾਲ ਖੜੂਗਾ, ਸਾਡੇ ਵਪਾਰੀਆਂ ਨਾਲ ਵੀ, ਸਾਡੇ ਮਜ਼ਦੂਰਾਂ ਨਾਲ ਵੀ, ਸਾਡੇ ਜੂਨੀਅਰਾਂ ਨਾਲ ਵੀ, ਪੂਰਨ ਤੌਰ 'ਤੇ ਜਿਹੜੇ ਵਰਗ ਦੇ ਲੋਕ ਨੇ, ਹਰ ਵਰਗ ਦੇ ਲੋਕ ਨੇ, ਉਹਨਾਂ ਨਾਲ ਸਾਡਾ ਬਾਈ ਕੁਲਦੀਪ ਸਿੰਘ ਕਾਲਾ ਢਿੱਲੋਂ ਖੜੂਗਾ। ਭਰਾਵੋ ਸਮਾਂ ਇਹੀ ਕਹੂੰਗਾ, ਜਿਹੜੇ ਕਹਿੰਦੇ ਸੀ ਕਿਹੜਾ ਉਹਨਾਂ ਦਾ ਕਿਹੜਾ ਪੱਟ ਕੇ ਦਿਖਾਇਆ, ਅੱਜ ਅਸੀਂ ਕਾਂਗਰਸ ਪਾਰਟੀ ਨੇ ਜਿਹੜੀ ਬਦਲਾਵ ਕਰੀ ਹੋਈ ਸੀ, ਜਿਹੜੀ ਬਦਲਾਅ ਦੇ ਝਾਂਸੇ 'ਚ ਆਈ ਹੋਈ ਸੀ, ਉਹਦਾ ਕਿਹੜਾ ਸਾਡੇ ਬਾਈ ਨੇ ਸੰਗਰੂਰ ਤੋਂ ਚਿੰਨੀ ਚੌਂਕ ਦੇ ਵਿੱਚ ਪੱਟ ਕੇ ਰੱਖ ਦਿੱਤਾ ਅਤੇ 2027 ਦੇ ਵਿੱਚ ਕਾਂਗਰਸ ਪਾਰਟੀ ਵੱਡੀ ਜਿੱਤ ਫਤਿਹ ਕਰੂਗੀ ਪੰਜਾਬ ਦੇ ਵਿੱਚੋਂ। ਬਰਨਾਲਾ ਵਾਸੀਆਂ ਦਾ ਕਹਿਣਾ ਕੀ ਬਰਨਾਲੇ ਨੂੰ ਦੁਬਾਰੇ ਮਲਕੀਤ ਸਿੰਘ ਕੀ ਤੂੰ ਮਿਲ ਗਿਆ ਜੀ? ਬਿਲਕੁਲ ਬਾਈ ਜੀ, ਬਾਈ ਕੁਲਦੀਪ ਸਿੰਘ ਕਾਲਾ ਢਿੱਲੋਂ ਆ, ਇਹ ਵਾਕਈ ਇਹ ਮਲਕੀਤ ਸਿੰਘ ਕੀਤੋਂ ਦੇ ਤਰਜ਼ 'ਤੇ ਚੱਲਿਆ ਹੋਇਆ, ਹਰ ਦੇ ਦੁੱਖ ਦੇ ਸੁੱਖ ਦੇ ਹਰ ਪਰਿਵਾਰਾਂ ਦੇ ਵਿੱਚ ਸਾਡਾ ਬਾਈ ਸ਼ਾਮਿਲ ਹੁੰਦਾ ਗਾ। ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਦੇਖੋ ਕਿੰਨੇ ਦੁਕਾਨਦਾਰ ਭਰਾ ਨੇ, ਕਿੰਨੇ ਸਾਡੇ ਬਾਈ ਨੇ, ਮਹਾਜਨ ਨੇ, ਜਿਹੜੇ ਫੁੱਲਾਂ ਦੇ ਹਾਰ ਪਾਉਣ ਲਈ ਵੇਟ ਕਰ ਰਹੇ ਨੇ, ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਾ ਰਹੇ ਨੇ, ਫੁੱਲਾਂ ਦੀਆਂ ਪਸਾੜਾਂ ਹੋ ਰਹੀਆਂ ਨੇ, ਉੱਥੋਂ ਪਤਾ ਲੱਗਦਾ 29 ਸਾਲਾਂ ਬਾਅਦ ਜਿਹੜੇ ਕਿ ਸਾਡੇ ਸੋਮਨਾਥ ਜੀ ਤੋਂ ਬਾਅਦ, ਸੋਮਨਾਥ ਜੀ ਤੋਂ ਬਾਅਦ ਅੱਜ 29 ਸਾਲਾਂ ਬਾਅਦ ਇੱਕ ਲੀਡਰ ਮਿਲਿਆ। ਭਰਾਵੋ ਮੈਂ ਕਹੂੰਗਾ ਕਿ ਲੋੜ ਆ ਵਰਕਰਾਂ ਨੂੰ ਅੱਗੇ ਲੈ ਕੇ ਆਉਣ ਦੀ, ਤਾਂ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੈਲ ਵੀ ਸਟਰੋਂਗ।